ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਜਰਟ ਔਰ ਇਸ ਵੇਲੇ ਅਸੀਂ ਸਬ ਤਹਿਸੀਲ ਮਾਜਰੀ ਪਹੁੰਚੇ ਹੋਏ ਹਾਂ ਤੇ ਦੱਸ ਜੀ ਆਪ ਨੂੰ ਕਿ ਇੱਕ ਜਿਹੜੀ ਹੈ ਬਿਜ਼ਨਸ ਵੱਲੋਂ ਲਿਸਟ ਜਿਹੜੀ ਆ ਉਹ ਜਨਤਕ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਤਹਿਸੀਲਦਾਰ ਆ ਸਬ ਤਹਿਸੀਲਦਾਰ ਆ ਉਹਦੇ ਨਾਲ ਨਾਲ ਆਰਜੀ ਨਜ਼ੀਰ ਜਿਹੜੇ ਨੇ ਉਹਨਾਂ ਦੇ ਨਾਂ ਜਿਹੜੇ ਨੇ ਉਹ ਜਨਤਕ ਕੀਤੇ ਗਏ ਨੇ ਤੇ ਜਨਤਕ ਹੋਣ ਤੋਂ ਬਾਅਦ ਜਿਹੜੇ ਨਾਂ ਜਿਹੜੇ ਜਨਤਕ ਹੋਏ ਆ ਉਸ ਤੋਂ ਬਾਅਦ ਸਬ ਤਹਿਸੀਲਾਂ ਦੇ ਵਿੱਚ ਜਾਂ ਤਹਿਸੀਲਾਂ ਦੇ ਵਿੱਚ ਜਿਹੜੇ ਨੇ ਇਸ ਵੇਲੇ ਖਲਬਲੀ ਮਚੀ ਹੋਈ ਹੈ ਤੇ ਵਿਖਾ ਦਿੰਦੇ ਹਾਂ ਅਸੀਂ ਇੱਥੇ ਦੀਆਂ ਤਸਵੀਰਾਂ ਜਿੱਥੇ ਅਸੀਂ ਹੁਣ ਪਹੁੰਚੇ ਸਬ ਤਹਿਸੀਲ ਮਾਜਰੀ ਇੱਥੇ ਅਗਰ ਦੇਖਿਆ ਜਾਵੇ ਅੱਜ ਸਮੂਹ CRO ਨਾਇਕ ਤਹਿਸੀਲਦਾਰ ਸਾਹਿਬ ਛੁੱਟੀ ਤੇ ਹੋਣ ਕਾਰਨ ਕੋਈ ਵੀ ਕੰਮ ਨਹੀਂ ਹੋਵੇਗਾ ਇਹ ਲਿਖਿਆ ਹੋਇਆ ਨਜ਼ਰ ਆ ਰਿਹਾ ਸੀ ਦੇਖਣ ਆਏ ਸੀਗੇ ਕਿ ਕਿਵੇਂ ਦਾ ਮਾਹੌਲ ਹੈ ਉਸ ਤੋਂ ਬਾਅਦ ਜਿਹੜੀ ਕਿ ਇਹ ਜਿਹੜੀ ਜਨਤਕ ਲਿਸਟ ਜਿਹੜੀ ਹੈ ਉਹ ਜਨਤਕ ਹੋਈ ਹੈ ਜਿਹੜੇ ਕਿ ਕਈ ਤਹਿਸੀਲਦਾਰ ਆ ਨਾਇਬ ਤਹਿਸੀਲਦਾਰ ਨੇ ਜਾਂ ਫਿਰ ਅਗਰ ਗੱਲ ਕਰ ਲਈਏ ਕਿ ਅਰਜੀ ਨਫੀਸ ਨੇ ਉਹਨਾਂ ਤੋਂ ਬਾਅਦ ਤੇ ਆਫਿਸ ਦੇ ਉੱਤੇ ਤਾਲੇ ਲੱਗੇ ਹੋਏ ਨਜ਼ਰ ਆ ਰਹੇ ਨੇ ਸਬ ਤਹਿਸੀਲ ਦੇ ਵਿੱਚ ਇਹ ਸਬ ਤਹਿਸੀਲਦਾਰ ਨੇ ਉਹਨਾਂ ਦਾ ਆਫਿਸ ਹੈ ਉਸ ਵਿੱਚ ਜਿਹੜਾ ਤਾਲਾ ਇਸ ਵੇਲੇ ਲੱਗਿਆ ਨਜ਼ਰ ਆ ਰਿਹਾ ਅਤੇ ਬਾਹਰ ਲਿਖਿਆ ਹੋਇਆ ਕਿ ਸਮੂਹ ਜਿਹੜਾ CRO ਨਾਇਬ ਤਹਿਸੀਲਦਾਰ ਸਾਹਿਬ ਸਾਹਿਬ ਛੁੱਟੀ 'ਤੇ ਨੇ ਅਤੇ ਇੱਕ ਜਿਹੜੀ ਆ ਉਹਨਾਂ ਦੀ ਆਪਸੀ ਕੋਈ ਮੀਟਿੰਗ ਵੀ ਇਸ ਵੇਲੇ ਚੱਲ ਰਹੀ ਹੈ ਅਤੇ ਫਿਲਹਾਲ ਅਸੀਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਬ ਤਹਿਸੀਲ ਮਾਜਰੀ ਦੀਆਂ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਸਨ ਕਿ ਜਦੋਂ ਇਹ ਜਿਹੜਾ ਕਿ ਟਾਈਮ ਹੈ ਹਾਲੇ ਭਾਵੇਂ ਕਿ 1:15 ਦੇ ਕਰੀਬ ਦਾ ਇਹ ਟਾਈਮ ਹੈ ਅਤੇ ਅੱਜ ਜਿਹੜੀ ਕਿ ਬਿਲਕੁਲ ਕੋਈ ਵੀ ਰਜਿਸਟਰੀ ਵਗੈਰਾ ਨਹੀਂ ਹੋ ਰਹੀ ਹੈ ਅਤੇ ਇੱਧਰ ਜਿਹੜਾ ਕਿ ਦੂਜਾ ਜਿਹੜੇ ਨਾਲ ਦੇ ਸੰਬੰਧਿਤ ਜਿਹੜੇ ਇੰਪਲੋਏ ਨੇ ਉਹ ਤਾਂ ਆਪਣੇ ਆਪਣੇ ਕਮਰਿਆਂ ਦੇ ਵਿੱਚ ਬੈਠੇ ਨਜ਼ਰ ਆ ਰਹੇ ਹਨ ਲੇਕਿਨ ਪਰ ਜਿਹੜੇ ਕਿ ਸਬ ਤਹਿਸੀਲ ਮਾਜਰੀ ਦੀ ਅਸੀਂ ਗੱਲ ਕਰ ਲਈ ਜਾਂ ਹੋਰ ਤਹਿਸੀਲਾਂ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜੀ ਆ ਇਸ ਵੇਲੇ ਰੌਣਕਾਂ ਨਹੀਂ ਨੇ ਕਿਉਂਕਿ ਇੱਕ ਜਿਹੜੀ ਆ ਜਨਤਕ ਲਿਸਟ ਜਿਹੜੀ ਜਨਤਕ ਹੋਣ ਤੋਂ ਬਾਅਦ ਅੱਜ ਕਿਸੇ ਵੀ ਤਰ੍ਹਾਂ ਦੀ ਕੋਈ ਰਜਿਸਟਰੀ ਨਹੀਂ ਹੋ ਰਹੀ ਹੈ ਅਤੇ ਗੱਲਬਾਤ ਇੱਥੇ ਜਿਹੜੇ ਇੰਪਲੋਏ ਨੇ ਹੋਰ ਸੰਬੰਧਿਤ ਚਾਹੇ BDPO ਦਫ਼ਤਰ ਦੇ ਨਾਲ ਨੇ ਉਹਨਾਂ ਨਾਲ ਅਸੀਂ ਇੱਥੇ ਗੱਲਬਾਤ ਕਰਾਂਗੇ ਕਿ ਆਖਿਰ ਕਿਉਂ ਇਹ ਨਹੀਂ ਹੈਗੇ ਇੱਥੇ ਅਤੇ ਵੈਸੇ ਤਾਂ ਅਸੀਂ ਪਹਿਲਾਂ ਵੀ ਆਪ ਨੂੰ ਦੱਸ ਚੁੱਕੇ ਹਾਂ ਕਿ ਲਿਸਟ ਜਿਹੜੀ ਜਨਤਕ ਹੋਈ ਆ ਉਸ ਤੋਂ ਬਾਅਦ ਅੱਜ ਕੋਈ ਇੱਕ ਮੀਟਿੰਗ ਵੀ ਜਿਹੜੀ ਹੈ ਕਿ ਰੱਖੀ ਗਈ ਹੈ ਸਭ ਜਿਹੜੇ ਤਹਿਸੀਲਦਾਰ ਨੇ ਉਹਨਾਂ ਵੱਲੋਂ ਜਾਂ ਸਬ ਤਹਿਸੀਲਦਾਰ ਨੇ ਉਹਨਾਂ ਵੱਲੋਂ ਅਤੇ ਇਹ ਜਿਹੜੀਆਂ ਤਸਵੀਰਾਂ ਨੇ ਇਸ ਵੇਲੇ ਦੀਆਂ ਕਿ ਬਿਲਕੁਲ ਵੀ ਕੋਈ ਬੰਦਾ ਵੀ ਨਜ਼ਰ ਨਹੀਂ ਆ ਰਿਹਾ ਕੋਈ ਬੰਦਾ ਵੀ ਨਜ਼ਰ ਨਹੀਂ ਆ ਰਿਹਾ ਆਰਜੀ ਨਵੀਸ ਜਿਹੜੇ ਉੱਧਰ ਬੈਠੇ ਨੇ ਉਸ ਦੇ ਵਿੱਚ ਬਿਜ਼ਨਸ ਵੱਲੋਂ ਜਿਹੜੀ ਇੱਕ ਜਨਤਕ ਇੱਕ ਲਿਸਟ ਜਿਹੜੀ ਜਨਤਕ ਕੀਤੀ ਗਈ ਹੈ ਪਟਵਾਰਖਾਨੇ ਦੀਆਂ ਵੀ ਅਸੀਂ ਤਸਵੀਰਾਂ ਲੈਣ ਦੀ ਕੋਸ਼ਿਸ਼ ਕੀਤੀ ਹੈ ਅਤੇ ਫਿਲਹਾਲ ਜੋ ਇਸ ਵੇਲੇ ਅਸੀਂ ਗੱਲ ਕਰ ਲਈਏ ਕਿ ਜਿਹੜੀ ਹਰ ਜਿਹੜਾ ਅਸੀਂ ਬੂਥ ਦੇਖ ਲਈਏ ਜਾਂ ਫਿਰ ਆਫਿਸ ਦੇਖ ਲਈਏ ਉਹ ਖਾਲੀ ਨਜ਼ਰ ਆ ਰਹੇ ਨੇ ਰਜਿਸਟਰੀਆਂ ਨਹੀਂ ਹੋ ਰਹੀਆਂ ਨੇ ਅਤੇ ਤਹਿਸੀਲਦਾਰਾਂ ਨੇ ਇੱਕ ਮੀਟਿੰਗ ਵੀ ਜਿਹੜੀ ਆ ਉਹ ਸੱਦੀ ਹੈ ਉਹਨਾਂ ਦੀ ਇੱਕ ਜਿਹੜੀ ਮੀਟਿੰਗ ਹੈ ਇਹ ਜਨਤਕ ਜਿਹੜੀ ਲਿਸਟ ਜਿਹੜੀ ਜਨਤਕ ਹੋਈ ਆ ਉਸ ਤੋਂ ਬਾਅਦ ਇੱਕ ਖੌਫ ਅਸੀਂ ਕਹਿ ਸਕਦੇ ਹਾਂ ਕਿ ਵੇਖਣ ਨੂੰ ਮਿਲ ਰਿਹਾ ਹੈ ਜਿਹੜੇ ਡਿਪਾਰਟਮੈਂਟ ਨਾਲ ਸੰਬੰਧਿਤ ਉਹ ਲੋਕ ਨੇ ਜਾਂ ਜਿਨ੍ਹਾਂ ਦੇ ਨਾਂ ਆਏ ਨੇ ਅਤੇ ਫਿਲਹਾਲ ਇਹ ਬਲਾਕ ਮਾਜਰੀ ਦੀਆਂ ਤਸਵੀਰਾਂ ਨੇ ਤਾਂ ਨਹੀਂ ਆ ਰਿਹਾ ਆਰਜੀ ਨਵੀਸ ਜਿਹੜੇ ਉੱਧਰ ਬੈਠੇ ਨੇ ਕਾਊਂਟਰਾਂ 'ਤੇ ਉਹ ਵੀ ਅੱਜ ਬਹੁਤ ਘੱਟ ਨੇ ਸ਼ਾਇਦ ਇਸ ਕਾਰਨ ਕਿ ਰਜਿਸਟਰੀਆਂ ਤਾਂ ਹੋ ਨਹੀਂ ਰਹੀਆਂ ਕਿ ਉਸ ਕਾਰਨ ਹੈ ਜਾਂ ਫਿਰ ਕਿਸੇ ਕਾਰਨ ਕੋਈ ਡਰ ਹੈ ਕਿ ਉਸ ਤੋਂ ਬਾਅਦ ਜਿਹੜੇ ਤਹਿਸੀਲਾਂ ਦੇ ਵਿੱਚ ਅੱਜ ਰੌਣਕ ਵੇਖਣ ਨੂੰ ਨਹੀਂ ਮਿਲ ਰਹੀ ਹੈ ਲੋਕ ਵੀ ਨਹੀਂ ਨੇ ਅਤੇ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਕਿ ਸੰਬੰਧਿਤ ਜਿਹੜੇ ਰਜਿਸਟਰੀਆਂ ਨਾਲ ਸੰਬੰਧਿਤ ਕਰਮਚਾਰੀ ਨੇ ਉਹ ਵੀ ਨਜ਼ਰ ਨਹੀਂ ਆ ਰਹੇ ਅਤੇ ਇੱਕ ਜਿਹੜੀ ਮੀਟਿੰਗ ਹੈ ਉਹ ਵੀ ਚੱਲ ਰਹੀ ਹੈ ਔਰ ਉਸ ਦੇ ਨਾਲ ਜਿਹੜੇ ਕਿ ਲਿਖਿਆ ਹੋਇਆ ਲੱਗਿਆ ਹੋਇਆ ਨਜ਼ਰ ਆ ਰਿਹਾ ਨੋਟਿਸ ਲਗਾ ਕੇ ਚਸਪਾਏ ਗਏ ਨੇ ਜਿਹੜੇ ਕੰਧਾਂ ਦੇ ਉੱਤੇ ਕਿ ਅੱਜ ਜਿਹੜੀ ਹੈ ਕਿ ਛੁੱਟੀ ਕੀਤੀ ਗਈ ਹੈ ਛੁੱਟੀ ਤੇ ਹੋਣ ਕਾਰਨ ਕਿ ਤਹਿਸੀਲਦਾਰ ਸਾਹਿਬ ਜਾਂ ਸਬ ਤਹਿਸੀਲਦਾਰ ਜਿਹੜੇ ਨੇ ਨਾਇਬ ਤਹਿਸੀਲਦਾਰ ਨੇ ਉਹ ਛੁੱਟੀ 'ਤੇ ਨੇ ਇਸ ਕਾਰਨ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਆਫਿਸ ਦੇ ਵਿੱਚ ਨਹੀਂ ਹੈ ਉਹ ਹੋਵੇਗਾ ਫਿਲਹਾਲ ਇਹ ਤਸਵੀਰਾਂ ਅਸੀਂ ਆਪ ਨਾਲ ਸਬ ਤਹਿਸੀਲ ਮਾਜਰੀ ਤੋਂ ਆਪ ਦੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਤਹਿਸੀਲ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਅਤੇ ਆਪ ਨੂੰ ਇਹ ਜਿਹੜੀਆਂ ਤਸਵੀਰਾਂ ਨੇ ਅਤੇ ਦੱਸ ਜੀ ਆਪ ਨੂੰ ਕਿ ਜਿਹੜਾ ਵੱਡਾ ਜਿਹੜਾ ਇਸਦਾ ਵੱਡਾ ਇੱਕ ਕਾਰਨ ਹੈ ਕਿ ਇੱਕ ਜਿਹੜੀ ਜਨਤਕ ਲਿਸਟ ਜਿਹੜੀ ਹੈ ਉਹ ਜਨਤਕ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਕੁਝ ਅਰਜੀ ਨਵੀਸ ਔਰ ਉਸਦੇ ਨਾਲ ਨਾਲ ਸਬ ਤਹਿਸੀਲਦਾਰ ਆ ਨਾਇਬ ਤਹਿਸੀਲਦਾਰ ਨੇ ਉਹਨਾਂ ਦੀ ਜਿਹੜੀ ਇੱਕ ਲਿਸਟ ਜਿਹੜੀ ਹੈ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਇਹ ਜਿਹੜੀਆਂ ਕਿ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਆਪ ਨਾਲ ਸਾਂਝੀਆਂ ਕੀਤੀਆਂ ਨੇ ਅਤੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ
ਇੱਥੇ ਨਜ਼ਰ ਨਹੀਂ ਆ ਰਿਹਾ ਤੇ ਫਿਲਹਾਲ ਇੱਕ ਜਿਹੜਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਇੱਥੇ ਰੌਣਕ ਨਹੀਂ ਵੇਖਣ ਨੂੰ ਮਿਲ ਰਹੀ ਹੈ। ਕਹਿ ਸਕਦੇ ਹਾਂ ਕਿ ਸ਼ਾਇਦ ਕੋਈ ਡਰ ਹੈ ਮਨ ਦੇ ਵਿੱਚ ਜਾਂ ਫਿਰ ਕੋਈ ਹੋਰ ਕਾਰਨ ਹੈ ਕਿ ਤੇ ਦੂਜੀ ਗੱਲ ਇਹ ਹੈ ਕਿ ਇਸ ਵੇਲੇ ਇਹ ਵੀ ਸੁਣਿਆ ਜਾ ਰਿਹਾ ਕਿ ਇੱਕ ਜਿਹੜੀ ਹੈ ਮੀਟਿੰਗ ਸਬ ਤਹਿਸੀਲਦਾਰ ਹੈ ਜਿਹੜੇ ਨਾਇਬ ਤਹਿਸੀਲਦਾਰ ਨੇ ਉਹਨਾਂ ਦੀ ਹੋਣ ਜਾ ਰਹੀ ਹੈ, ਜਿਸ ਕਾਰਨ ਉਹ ਸਾਰੇ ਹੀ ਛੁੱਟੀ ਤੇ ਚਲੇ ਗਏ ਨੇ ਤੇ ਇੱਕ ਇਸ ਵੇਲੇ ਜਿਹੜੀ ਖਲਬਲੀ ਜਿਹੜੀ ਹੈ ਕਿ ਮਚੀ ਹੋਈ ਕਹਿ ਸਕਦੇ ਨੇ ਕਿ ਵਿਜੀਲੈਂਸ ਵੱਲੋਂ ਇੱਕ ਜਿਹੜੀ ਲਿਸਟ ਜਾਰੀ ਹੋਈ ਹੈ ਕੁਝ ਜਿਹੜੇ ਅਰਜੀ ਨਵੀਸ ਨੇ ਔਰ ਉਸ ਦੇ ਨਾਲ ਨਾਲ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਉਹਨਾਂ ਦੀ ਇੱਕ ਲਿਸਟ ਜਾਰੀ ਹੋਈ ਹੈ, ਉਹਨਾਂ ਦਾ ਜਾਂਚ ਦੀ ਗੱਲ ਕਹੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਦੀਆਂ ਜਿਹੜੀਆਂ ਇਹ ਤਸਵੀਰਾਂ ਅਸੀਂ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਕਿ ਜਿਹੜੇ ਤਾਏ ਜਿਹੜੇ ਨੇ ਆਫਿਸ ਜਿਹੜੇ ਉਹਨਾਂ ਦੇ ਲੱਗੇ ਹੋਏ ਨਜ਼ਰ ਆ ਰਹੇ ਨੇ।